ਅਤੇ ਉਹਨਾਂ ਦੀਆਂ ਕੁਛ ਨੂੰ ਤਾਂ ਉਸੇ ਟਾਈਮ ਚੈੱਕਅਪ ਕਰਕੇ ਨਾਲੀ ਦਵਾਈ ਦਿੱਤੀ ਗਈ ਆ ਅਤੇ ਕੁਛ ਜਿਹੜੀਆਂ ਰਿਪੋਰਟਾਂ ਸੀਗੀਆਂ ਉਹ ਰਿਪੋਰਟਾਂ ਉਹਨਾਂ ਨੂੰ ਹਫ਼ਤੇ ਕਿਹੜਾ ਟਾਈਮ ਦਿੱਤਾ ਗਿਆ ਆ ਕਿ ਤੁਹਾਨੂੰ ਭੇਜ ਦਿੱਤੀਆਂ ਜਾਣਗੀਆਂ ਇੱਥੇ ਉਸ ਤੋਂ ਬਾਅਦ ਜੇ ਕੋਈ ਬਿਮਾਰੀ ਡਿਟੈਕਟ ਹੁੰਦੀ ਹੈ ਇੱਦਾਂ ਦੀ ਅਤੇ ਉਸ ਤੋਂ ਬਾਅਦ ਉਹਦਾ ਇਲਾਜ ਉਹ ਹਿਸਾਬ ਨਾਲ ਸੁਜੈਸਟ ਕਰੂਗੇ ਵੀ ਤੁਸੀਂ ਕਿੱਥੇ ਕਰਾਉਣਾ ਆ ਅਤੇ ਉੱਥੇ ਸ਼ੁਰੂ ਹੋ ਜਾਊਗਾ ਉਹਦਾ ਇਲਾਜ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਜਸਪ੍ਰੀਤ ਇਸ ਕੈਨੇਡਾ ਤੋਂ ਆਏ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕੈਂਸਰ ਦੇ ਆਪਣੇ ਕੈਂਪ ਦੇ ਬਾਰੇ। ਭਾਅ ਜੀ, ਕੈਂਪ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਸਪੈਸ਼ਲੀ ਕੈਨੇਡਾ ਤੋਂ ਆਇਆ, ਮੇਰਾ ਫਰੈਂਡ ਨੇ ਜਸਾ ਸਿੱਧੂ ਨਾਲ ਮੇਰੇ ਨਾਲ ਗੱਲ ਕੀਤੀ ਵੀ ਆਪਾਂ ਕੈਂਪ ਲਾਉਣਾ ਆ, ਦੈਨ ਮੈਨੂੰ ਵੀ ਦਿਲ ਕੀਤਾ ਵੀ ਮੈਂ ਵੀ ਜਾ ਕੇ ਇਸ ਕੈਂਪ ਦੀ ਸਪੋਰਟ ਕਰਾਂ। ਸੋ ਇਸ ਕਰਕੇ ਸਪੈਸ਼ਲੀ ਔਰ ਵਾਕਈ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ, ਪਲੱਸ ਜਿਹੜੇ ਇੱਥੇ ਪਿੰਡ ਵਾਲੇ ਹੈਗੇ ਉਹਨਾਂ ਦਾ, ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤਾ। ਤੋ ਔਰ ਲੋਕਾਂ ਨੂੰ ਵੀ ਅੱਗੋਂ ਅਪੀਲ ਕਰਦਾ ਹਾਂ ਵੀ ਇਹ ਵੱਧ ਤੋਂ ਵੱਧ ਆਪਾਂ ਕੈਂਸਰ ਅਵੇਅਰਨੈਸ ਕਰੀਏ ਤਾਂ ਕਿ ਆਪਾਂ ਇਸ ਬਿਮਾਰੀ ਨੂੰ ਖਤਮ ਕਰ ਸਕੀਏ। ਤਾਂ ਮੈਂ ਸਿੱਖ ਚੈਨਲ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੀ ਕਵਰੇਜ ਕਰਨੀ ਹੈ, ਔਰ ਜਾ ਕੇ ਦੇਸ਼ ਵਿਦੇਸ਼ ਲੋਕ ਜਦੋਂ ਦੇਖਣਗੇ ਤਾਂ ਲੋਕ ਇਹਨਾਂ ਨੂੰ ਕੈਂਪ ਨੂੰ ਹੋਰ ਲਵਾਉਣਗੇ ਅਤੇ ਲੋਕ ਕੈਂਸਰ ਨੂੰ ਅਵੇਅਰ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।